ਬੂਟਾ 2025 ਤਾਂ ਦੱਬ ਗਿਆ ਜੀ ਵਿੱਚ, ਕੱਢਿਆ ਜਾ ਰਿਹਾ ਜੀ ਉਹਨਾਂ ਨੂੰ, ਵਿੱਚ ਮਰੇ ਨਿਕਲੀ ਜਾਂਦੇ ਨੇ ਸਾਰੀ, ਜਿਉਂਦਾ ਜਿਹੜਾ ਕੋਈ ਜਿਉਂਦਾ ਨਿਕਲਦਾ ਕਿਸੇ ਦੀ ਲੱਤ ਵੱਢ ਰਹੀ ਹੈ ਜੀ ਕਿਸੇ ਦਾ ਕੁਛ। ਮੌਨਸੂਨ ਦੇ ਪਹਿਲੇ ਮੀਂਹ ਨੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਕਈਆਂ ਦਾ ਨੁਕਸਾਨ ਵੀ ਹੋ ਗਿਆ ਹੈ ਤੇ ਪੋਲਟਰੀ ਫਾਰਮ ਦੀ ਛੱਤ ਡਿੱਗ ਪਈ ਹੈ ਇਸ ਮੀਂਹ ਦੇ ਕਾਰਨ, ਜਿਸ ਕਾਰਨ ਇੱਕ ਵਿਅਕਤੀ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਪੋਲਟਰੀ ਫਾਰਮ ਦੀ ਛੱਤ ਡਿੱਗਣ ਕਾਰਨ 2500 ਦੇ ਕਰੀਬ ਮੁਰਗੀਆਂ ਦੀ ਵੀ ਮੌਤ ਹੋ ਗਈ ਹੈ। ਪੋਲਟਰੀ ਫਾਰਮ ਚਲਾ ਰਹੇ ਕਿਸਾਨ ਦਾ ਕਹਿਣਾ ਹੈ ਕਿ ਉਸਨੂੰ ਲੱਖਾਂ ਦਾ ਘਾਟਾ ਪਿਆ ਹੈ ਤੇ ਹੁਣ ਉਹ ਸਰਕਾਰ ਤੋਂ ਮਦਦ ਦੀ ਅਪੀਲ ਕਰ ਰਿਹਾ ਹੈ। ਲਹਿਰਾ ਗਾਗਾ ਦੇ ਪਿੰਡ ਗੋਬਿੰਦਪੁਰਾ ਜਵਾਹਰ ਵਾਲਾ ਵਿਖੇ ਹਾਕਮ ਸਿੰਘ ਕਿਸਾਨ ਨੇ 5000 ਦੇ ਕਰੀਬ ਚੂਚੇ ਪੋਲਟਰੀ ਫਾਰਮ ਚ ਪਾਏ ਸੀ, ਪਰ ਭਾਰੀ ਮੀਂਹ ਦੇ ਕਾਰਨ ਪੋਲਟਰੀ ਫਾਰਮ ਦੀ ਛੱਤ ਡਿੱਗ ਪਈ, ਜਿਸ ਕਾਰਨ 2000 ਤੋਂ 2500 ਦੇ ਕਰੀਬ ਚੂਚੇ ਛੱਤ ਹੇਠਾਂ ਦੱਬ ਕੇ ਮਰ ਗਏ। ਹਾਲਾਂਕਿ ਜਿਹੜੇ ਬਚੇ ਚੂਚੇ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਕਮ ਸਿੰਘ ਦਾ ਕਹਿਣਾ ਹੈ ਕਿ ਉਸਦਾ ਲੱਖਾਂ ਦਾ ਨੁਕਸਾਨ ਹੋਇਆ ਹੈ ਤੇ ਸਰਕਾਰ ਉਸ ਦੀ ਮਾਲੀ ਮਦਦ ਕਰੇ, ਪਰ ਪਹਿਲੇ ਮੀਂਹ ਨੇ ਹੀ ਇਸ ਬੰਦੇ ਦਾ ਲੱਖਾਂ ਦਾ ਨੁਕਸਾਨ ਕਰ ਦਿੱਤਾ ਹੈ। ਪੋਲਟਰੀ ਫਾਰਮ ਦੀ ਛੱਤ ਡਿੱਗਣ ਕਾਰਨ ਇਹ ਨੁਕਸਾਨ ਹੋਇਆ ਤੇ ਛੱਤ ਡਿੱਗਣ ਕਾਰਨ ਕਰੀਬ 2500 ਦੇ ਕਰੀਬ ਮੁਰਗੇ ਮਾਰੇ ਗਏ ਨੇ ਅਤੇ ਪੋਲਟਰੀ ਫਾਰਮ ਚਲਾ ਕੇ ਆਪਣਾ ਗੁਜ਼ਾਰਾ ਕਰ ਰਹੇ ਬੰਦੇ ਨੂੰ ਵੱਡਾ ਘਾਟਾ ਪੈ ਗਿਆ ਹੈ ਤੇ ਹੁਣ ਉਹ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੋਲਟਰੀ ਫਾਰਮ ਦੀ ਛੱਤ ਡਿੱਗੀ ਹੈ ਅਤੇ ਮੌਨਸੂਨ ਦੇ ਪਹਿਲੇ ਮੀਂਹ ਨੇ ਹੀ ਕਈ ਥਾਵਾਂ ਤੇ ਤਬਾਹੀ ਮਚਾ ਦਿੱਤੀ ਹੈ। ਪਿੰਡ ਗੋਬਿੰਦਪੁਰਾ ਜਮਾਰ ਵਾਲਾ ਜੀ, ਸਾਡਾ ਖੇਤ ਫਾਰਮ ਪਾਇਆ ਜੀ ਪੋਲਟਰੀ ਫਾਰਮ, 5000 ਚੂਚੇ ਦਾ ਜੀ, ਇਹਦੇ ਵਿੱਚੋਂ ਅੱਧਾ ਫਾਰਮ ਗਿਆ ਜੀ, ਭਾਰੀ ਮੀਂਹ ਤੇ ਤੂਫਾਨ ਦੇ ਨਾਲ ਛੱਤ ਡਿੱਗ ਗਈ, ਛੱਤ ਦੇ ਉੱਪਰ ਵੀ ਕੁਛ ਨਹੀਂ ਬਚਿਆ ਜੀ। ਟੋਟਲ ਸਾਡਾ 8-10 ਲੱਖ ਦਾ ਨੁਕਸਾਨ ਹੈ ਜੀ ਸਾਡਾ। ਕਿੰਨੇ ਕੁ ਚੂਚੇ ਜਿਹੜੇ ਮਰ ਗਏ? ਚੂਟੇ 2500 ਤਾਂ ਦੱਬ ਗਏ ਜੀ ਵਿੱਚ, ਕੱਢਿਆ ਜਾ ਰਿਹਾ ਜੀ ਉਹਨਾਂ ਨੂੰ, ਵਿੱਚ ਮਰੇ ਨਿਕਲੀ ਜਾਂਦੇ ਨੇ ਸਾਰੀ, ਜਿਉਂਦਾ ਜਿਹੜਾ ਕੋਈ ਜਿਉਂਦਾ ਨਿਕਲਦਾ ਕਿਸੇ ਦੀ ਲੱਤ ਵੱਢ ਰਹੀ ਹੈ ਜੀ ਕਿਸੇ ਦਾ ਕੁਛ, ਜਿਹੜੇ ਕੜੀਆਂ ਵਾਲੇ ਤੇ ਸਭ ਟੁੱਟ ਗਏ ਉਹਨਾਂ ਨੇ ਦੱਬ ਲਈ ਉੱਤੇ, ਕੋਈ ਭਾਂਡਾ ਵੀ ਨਹੀਂ ਬਚਿਆ ਜੀ ਉਹਦਾ, ਵੀਡ ਫੂਡ ਵਾਲਾ ਕੁਛ ਨਹੀਂ ਬਚਿਆ। ਹੁਣ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ? ਮੰਗ ਸਰਕਾਰ ਤੋਂ ਕਰਦੇ ਜੀ, ਸਾਨੂੰ ਮੁਆਵਜ਼ਾ ਮਿਲੇ ਜੀ, ਨਹੀਂ ਅੱਜ ਤੱਕ ਮਾਤਮਾ ਘਿਰੇ ਗਈ। ਸਰ ਇਹਨਾਂ ਨੇ ਸਰ ਆਪਣੇ ਨਾਲ ਕੰਟਰੈਕਟ ਕੀਤਾ ਥੈਂਕ ਇੰਡੀਆ ਲਿਮਿਟਡ ਕੰਪਨੀ ਨਾਲ, ਚੂਚਾ ਪਾਇਆ ਜਿਹਨੇ ਆਪਣਾ 5000 ਤੇ ਸਵੇਰੇ ਸਰ ਹਨੇਰੀ ਤੂਫਾਨ ਬਹੁਤ ਜ਼ਿਆਦਾ ਆਇਆ, ਉਹ ਨਾਲ ਮੀਂਹ ਵੀ ਪਿਆ, ਉਹਦੇ ਨਾਲ ਸਰ ਇਹਨਾਂ ਦਾ ਸ਼ੈੱਡ ਡਿੱਗ ਗਿਆ, ਜਿਹਦੇ ਸ਼ੈੱਡ ਡਿੱਗਣ ਕਾਰਨ ਆਲਮੋਸਟ ਆਈਡੀਆ ਜਿਹਾ ਕਿ 2000-2500 ਦੇ ਵਿੱਚ ਜਾਨਵਰ ਇਹਨਾਂ ਦਾ ਮਰ ਗਿਆ। ਅਤੇ ਬਾਕੀ ਸਰ ਹੁਣ ਦੇਖੋ ਤੁਹਾਡੇ ਸਾਹਮਣੇ ਲੱਗੇ ਹੋਏ ਨੇ, ਇਹ ਕੱਢ ਰਹੇ ਨੇ, ਇਹ 'ਚ ਨੁਕਸਾਨ ਤੇ ਇਹਨਾਂ ਦਾ ਫਾਰਮ ਦਾ ਨੁਕਸਾਨ ਤਾਂ 4-5 ਲੱਖ ਰੁਪਏ ਹੈ ਹੀ ਹੈ, ਅਤੇ ਇਹਦੇ ਵਿੱਚ ਮੁਰਗੇ ਦਾ ਵੀ ਨੁਕਸਾਨ ਆ ਲਗਭਗ ਆਲਮੋਸਟ, ਮੰਨ ਕਰੋ ਚਲੋ 3-4 ਲੱਖ ਰੁਪਈਆ ਮੁਰਗੇ ਦਾ ਨੁਕਸਾਨ ਹੈ। ਅਤੇ ਬਸ ਇਹੀ ਹੈ, ਹੁਣ ਦੇਖੋ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਇਹਨਾਂ ਦਾ ਥੋੜ੍ਹਾ ਜਿਹਾ ਦੇਖਿਆ ਜਾਵੇ, ਇਹਨਾਂ ਨੂੰ ਦਿੱਤਾ ਜਾਵੇ ਕੁਝ। ਜੇ ਭਾਰੀ ਮੀਂਹ ਆ ਗਿਆ ਅਤੇ ਤੇਜ਼ ਤੂਫਾਨ ਕਾਰਨ ਸਾਨੂੰ ਦੁਪਹਿਰੇ ਪਤਾ ਲੱਗਿਆ ਇਹਨਾਂ ਦੀ ਛੱਤ ਡਿੱਗੀ, ਅੱਧੇ ਵਾਂਗੂ ਫਾਰਮ ਡਿੱਗਿਆ ਇਹ 100 ਫੁੱਟ ਵਾਂਗੂ, ਅਤੇ 2500 ਇਹਨਾਂ ਦਾ ਚੂਚਾ ਮਰ ਗਿਆ ਜੀ, ਅਤੇ 4-5 ਲੱਖ ਦਾ ਇਹਨਾਂ ਦਾ ਫਾਰਮ ਦਾ ਨੁਕਸਾਨ ਹੈ, ਭਾਂਡੇ ਭੂੰਡੇ ਗਾਡਰ ਸਭ ਕੁਛ ਟੁੱਟ ਗਏ, ਅਤੇ ਹੁਣ ਅਸੀਂ ਉਦੋਂ ਦੀ ਲੱਗ ਰਹੇ ਹਾਂ ਇਹਨਾਂ ਨਾਲ ਕੱਢਣ, ਜਿਹੜਾ ਕੋਈ ਬੱਚਾ ਜਿਉਂਦਾ ਹੁੰਦਾ ਜ਼ਿਆਦਾਤਰ ਮਰੀ ਨਿਕਲ ਰਹੇ ਨੇ ਨੀਚਿਓਂ, ਨੁਕਸਾਨ ਬਹੁਤ ਜ਼ਿਆਦਾ ਜੀ ਇਹਨਾਂ ਦਾ, ਗਰੀਬ ਬੰਦੇ ਨੇ ਇਹ, ਬਸ ਕਾਂ ਅਸੀਂ ਕੰਮ ਕਰਕੇ ਖਾਂਦੇ ਨੇ, ਆਪਦਾ ਜ਼ਮੀਨ ਵੀ ਥੋੜ੍ਹੀ ਥੋੜ੍ਹੀ ਇਹਨਾਂ ਕੋਲ, ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਜੀ, ਬਾਂਹ ਫੜਨੀ ਚਾਹੀਦੀ ਇਹਨਾਂ ਦੀ, ਗਰੀਬ ਬੰਦੇ ਨੇ ਪਹਿਲਾਂ ਵੀ ਕਿੱਲਾ ਜ਼ਮੀਨ ਦਾ ਇਹਨਾਂ ਕੋਲ, ਇਹਦਾ ਇਸੇ ਦੇ ਸਿਰ 'ਤੇ ਖਾਂਦੇ ਸੀ ਬਸ। ਕਿੰਨਾ ਕੁ ਚੂਚਾ ਜਿਹੜਾ ਮਰ ਗਿਆ? ਮਰ ਗਿਆ 2000-2500 ਦੇ ਕਰੀਬ ਮਰਿਆ ਜੀ ਚੂਚਾ।
200 ਫੁੱਟ ਏਰੀਆ ਛੱਤਿਆ ਹੋਇਆ ਸੀ ਤੇ 5000 ਚੂਚੇ ਦਾ ਫਾਰਮ ਸੀ ਇਹ ਬੈਂਕਿੰਗ ਕੰਪਨੀ ਦੇ ਚੂਚੇ ਪਾਏ ਹੋਏ ਸੀ।